ਲੋਕਾਂ ਨੂੰ ਐ ਲੱਗਦਾ ਵੀ ਰਾਣੇ ਨੂੰ ਨਾ ਜੇ ਕੋਈ ਪੱਕਾ ਛੱਡ ਕੇ ਗਈ ਜਾਂ ਕੋਈ ਵਿਆਹ ਵਾਲੇ ਦਿਨ ਮੁੱਕਰ ਗਈ। ਹੁਣ ਤਾਂ ਘਰਦਿਆਂ ਨੂੰ ਵੀ ਇਹ ਸਾਰਾ ਕੁਝ ਪਤਾ ਆ ਵੀ ਇੰਨੇ ਵਾਲਾ ਹੈ ਵੀ ਨਹੀਂ। ਤੇ ਵਿਆਹ ਵੇਲੇ ਜਦੋਂ ਮਤਲਬ ਤੁਹਾਡੇ ਵਾਈਫ ਨੂੰ ਪੁੱਛਿਆ ਹੋਣਾ ਵੀ ਕਲਾ ਗਾਉਂ ਉਹ ਕੀ ਕਰਦੇ ਆ, ਉਹ ਰੋਣ ਪਿੱਟਣ ਜਿਹੜੇ ਗਾਈ ਜਾਂਦਾ ਪਤਾ ਨਹੀਂ ਕੌਣ ਛੱਡ ਕੇ ਗਈ ਆ। ਇੱਕ ਮੇਰੇ ਗੱਲ ਹਾਸੇ ਵਾਲੀ ਯਾਦ ਆ ਗਈ, ਉਹਦੇ ਨਾਲ ਸਾਈਡ ਕੀਤਾ ਜੇ ਹੁੰਦਾ ਸੀ ਜਿਹੜਾ ਗਾਉਣ ਵਾਲਾ ਵੀ ਕੰਧਾਂ ਹੀ ਚ ਵੱਜੀ ਜਾਂਦਾ ਸੀ ਨਾਲ ਘੜੀਸ ਘੜੀਸ ਕੇ ਹੱਥ ਜੇ ਤੁਰੀ। ਬਾਈ ਯਾਰ ਤੇਰੇ ਗਾਣੇ ਬਹੁਤ ਸੈਡ ਬਹੁਤ ਘੈਂਟ ਹੁੰਦੇ ਬਾਈ ਯਾਰ, ਹਫ਼ਤਾ ਬਾਈ ਯਾਰ ਤੂੰ ਢਿੱਡੋਂ ਦੁਖੀ ਆ। ਤੇ ਇੱਕ ਪ੍ਰੋਗਰਾਮ ਤੇ ਮੈਨੂੰ ਸਪੈਸ਼ਲ ਪਰਮੈਸ਼ ਲਾੜੀ ਦੀ ਵੀ ਆ ਗਈ ਸੀ ਵੀ ਹੱਥ ਜੋੜ ਕੇ ਕਹਿੰਦੇ ਜਿੱਤੇ ਆਇਆ ਨਾ। ਅੱਛਾ ਬਾਈ ਉਹਦੇ ਘਰ ਪਤਾ ਲੱਗ ਗਿਆ ਪ੍ਰੋਬਲਮ ਹੋ ਗਈ ਹੈ ਨਾ, ਤੇ ਹੁਣ ਸਾਡੀ ਟੁੱਟ ਜਾਣੀ ਆ ਬਾਈ, ਮੈਂ ਜੀਣਾ ਨਹੀਂ ਚਾਹੁੰਦਾ। ਤੇ ਮੈਂ ਕਹਿੰਦਾ ਰੱਸੀ ਮੇਰੇ ਕੋਲ ਆ ਤਾਂ ਮੈਂ ਆ ਗਿਆ ਖੂਹ ਤੇ, ਕਹਿੰਦਾ ਮੈਂ ਮਰ ਜਾਣਾ ਸੀ, ਮੈਂ ਕਿਹਾ ਵੀ ਬਾਈ ਨੂੰ ਆਪਣਾ ਪਿਆਰ ਬਹੁਤ, ਬਾਈ ਨਾਲ ਕਾਲ ਕਰਾਂ। ਕਿੰਜ ਰੋਕਾਂ ਅੱਗੇ ਖੜ ਕੇ ਜਾਂਦੇ ਸੱਜਣਾ ਨੂੰ, ਹੁਣ ਕੀ ਆਖਾਂ ਮੈਂ ਲੜਕੇ ਜਾਂਦੇ ਸੱਜਣਾ ਨੂੰ। ਪਹਿਲਾਂ ਜਿਹੜੀਆਂ ਤੁਹਾਡੇ ਗਾਣੇ ਚੱਲਣ ਦਾ ਵੀ ਇਹੀ ਭਾਜੀ ਕਾਰਨ ਰਿਹਾ ਹੁਣ ਜੀ, ਵੀ ਉਦੋਂ ਲੋਕਾਂ ਨੂੰ ਸੱਚਾ ਪਿਆਰ ਸੀ, ਉਹਨਾਂ ਨੂੰ ਦੁੱਖ ਲੱਗਦਾ ਸੀ। ਬਿਲਕੁਲ ਭਾਜੀ, ਵੀ ਛੱਡ ਗਈ ਹੁਣ ਰਾਣਾ ਭਾਜੀ ਸੁਣਾਗੇ ਭਾਜੀ। ਇਸ ਗੱਲ ਲਈ ਤਾਂ ਮੈਂ ਤੁਹਾਨੂੰ ਸੰਦੀਪ ਜੀ ਦੱਸਦਾ ਵੀ ਮੈਨੂੰ ਇੱਕ ਕਿੱਸਾ ਯਾਦ ਆ ਗਿਆ ਵੀ ਕਈ ਵਾਰੀ ਇੱਦਾਂ ਹੁੰਦਾ ਸੀ ਉਹਨਾਂ ਟਾਈਮਾਂ 'ਚ, ਮੇਰੀ ਟੇਪ ਆਈ ਸੀਗੀ ਉਦੋਂ ਜਿਹਦੇ 'ਚ ਗਾਣਾ ਸੀਗਾ ਕਦੇ ਤੈਨੂੰ ਵੀ ਸਾਡੀ ਯਾਦ ਆਈ ਨਹੀਂ ਨਿੱਤ ਯਾਦ ਆਉਣ ਵਾਲੀ ਹੈ, ਦੇਬੀ ਭਾਜੀ ਦਾ ਗਾਣਾ ਸੀ। ਅਤੇ ਤਾਜ਼ਾ ਤਾਜ਼ਾ ਗਾਣਾ ਚੱਲਦਾ ਸੀ, ਇੱਕ ਮੈਨੂੰ ਫੋਨ ਆਇਆ ਕਿਉਂਕਿ ਰਾਤ ਨੂੰ 7 ਵਜੇ ਤੋਂ ਬਾਅਦ ਫੋਨ ਆਉਣੇ ਸ਼ੁਰੂ ਹੁੰਦੇ ਸੀ, ਉਦੋਂ ਫਿਰ ਮਾਹੌਲ ਬਣਿਆ ਹੁੰਦਾ ਸੀ ਉਹਨਾਂ ਦਾ, ਅਤੇ ਉਹਨਾਂ ਨੇ ਮੈਨੂੰ ਫੋਨ ਲਾ ਲੈਣਾ, ਮੇਰਾ ਨੰਬਰ ਪਤਾ ਨਹੀਂ ਬੰਦੇ ਨੇ ਕਿੱਥੋਂ ਲਿਆ, ਮੈਨੂੰ ਕਾਲ ਆਈ, ਬੜੇ ਇੰਟਰਸਟਿਡ ਗੱਲ, ਕਹਿੰਦੇ ਹੈਲੋ ਬਈ ਰਣਜੀਤ ਰਾਣਾ ਬੋਲਦਾ, ਮੈਂ ਕਿਹਾ ਹਾਂ ਵੀਰ ਮੈਂ ਰਣਜੀਤ ਰਾਣਾ, ਬਈ ਸੱਚੀ, ਮੈਂ ਕਿਹਾ ਯਾਰ ਸੱਚੀ ਬੋਲਦਾ ਤੂੰ ਮੇਰੇ ਨੰਬਰ 'ਤੇ ਕਾਲ ਕੀਤੀ ਆ, ਕਹਿੰਦਾ ਬਈ ਝੂਠ ਨਾ ਬੋਲੀ ਯਾਰ ਬਾਈ ਮੈਂ ਬਹੁਤ ਫੈਨ ਆ ਉਹਦਾ, ਮੈਂ ਕਿਹਾ ਵੀਰੇ ਮੈਂ ਰਣਜੀਤ ਰਾਣਾ ਬੋਲਦਾ ਮੇਰਾ ਨੰਬਰ ਕਿੱਥੋਂ ਲਿਆ, ਕਹਿੰਦਾ ਲੈ ਲਿਆ ਬਾਈ ਮੈਂ ਤੇਰਾ ਬਹੁਤ ਫੈਨ ਆ, ਅਤੇ ਇੰਨੀ ਗੱਲ ਕਰਕੇ ਰੋਣ ਲੱਗਿਆ ਬਾਈ ਓਏ ਜਣੀ ਔਰ ਉੱਚੀ ਉੱਚੀ ਤਾਂ ਹਨਾ ਧਾਵਾਂ ਮਾਰੇ, ਮੈਂ ਕਿਹਾ ਉਹ ਵੀਰੇ ਮੈਨੂੰ ਕਹਾਣੀ ਤਾਂ ਦੱਸ, ਗੱਲ ਤਾਂ ਦੱਸ ਕੀ ਗੱਲ ਕੀ ਹੈ, ਕਹਿੰਦਾ ਨਹੀਂ ਬਾਈ ਯਾਰ ਮੈਂ ਤੈਨੂੰ ਬਹੁਤ ਬਾਈ ਸੁਣਿਆ ਬਹੁਤ, ਤੁਹਾਡੇ ਬਹੁਤ ਵੱਡੇ ਫੈਨ ਹੈ ਬਾਈ, ਮੈਂ ਨਾ ਇੱਕ ਕੁੜੀ ਨੂੰ ਪਿਆਰ ਕਰਦਾ ਸੀ ਬਾਈ, ਉਹਦੇ ਘਰ ਪਤਾ ਲੱਗ ਗਿਆ ਪ੍ਰੋਬਲਮ ਹੋ ਗਈ ਹੈ ਨਾ, ਅਤੇ ਹੁਣ ਸਾਡੀ ਟੁੱਟ ਜਾਣੀ ਆ ਬਾਈ, ਮੈਂ ਜੀਣਾ ਨਹੀਂ ਚਾਹੁੰਦਾ। ਅਤੇ ਮੈਂ ਕਹਿੰਦਾ ਰੱਸੀ ਮੇਰੇ ਕੋਲ ਆ ਤਾਂ ਮੈਂ ਆ ਗਿਆ ਖੂਹ ਤੇ, ਕਹਿੰਦਾ ਮੈਂ ਮਰ ਜਾਣਾ ਸੀ, ਮੈਂ ਕਿਹਾ ਵੀ ਬਾਈ ਨੂੰ ਆਪਣਾ ਪਿਆਰ ਬਹੁਤ, ਬਾਈ ਨਾਲ ਕਾਲ ਕਰਾਂ, ਮੈਂ ਕਿਹਾ ਕੰਜਰਾ ਤੂੰ ਤਾਂ ਮਰ ਜਾਣਾ ਸੀ, ਲਾਸਟ ਕਾਲ ਮੇਰੀ ਨਿਕਲੂ ਤੂੰ ਮੈਨੂੰ ਵੀ ਲੈ ਬਹਿਣਾ। ਸਹੀ ਗੱਲ, ਮੈਂ ਟੈਨਸ਼ਨ 'ਚ ਆ ਗਿਆ, ਮੈਂ ਸੰਦੀਪ ਵੀਰੇ ਜਾਣੀ ਨਾ ਉਹਨੂੰ ਇੰਨੇ ਬਾਅਦ 'ਚ ਫੋਨ ਕਰਾਂ ਤਾਂ ਫੋਨ ਬੰਦ ਹੋ ਗਿਆ, ਮੈਂ 15 ਮਿੰਟ ਲਗਾਤਾਰ ਟੈਨਸ਼ਨ 'ਚ ਵੀ ਹੈਗਾ, ਮੁੰਡਿਆਂ ਨੂੰ ਦੱਸਿਆ ਯਾਰ ਇੱਕ ਕਾਲ ਆਉਂਦੀ ਆ ਫੋਨ ਲਾਓ ਹੈ ਨਾ, ਅਤੇ ਨਹੀਂ ਲੱਗ ਰਿਹਾ ਮੇਰਾ, ਅਚਾਨਕ ਫੋਨ 15 ਕੁ ਮਿੰਟ ਬਾਅਦ ਲੱਗਿਆ, ਅਤੇ ਮੈਂ ਉਹਨਾਂ ਫਿਰ ਗੱਲ ਕਰਕੇ ਉਹਨੂੰ ਸਮਝਾਇਆ, ਮੈਂ ਨਾ ਕੋਈ 10-15 ਮਿੰਟ ਐਨ ਬੜੇ ਪਿਆਰ ਨਾਲ, ਵੀਰੇ ਕੋਈ ਚੱਕਰ ਨਹੀਂ ਇਹ ਹੈ ਨਾ ਮਾਲਕ ਦਾ ਹੈ ਨਾ ਸਾਰਾ ਉਹਦਾ ਨਿਜ਼ਾਮ ਆ ਸਾਰਾ ਕੁਛ ਉਹਦਾ ਸਿਸਟਮ ਆ, ਹੋ ਜਾਣਾ ਜੇ ਤੂੰ ਸੱਚੇ ਦਿਲੋਂ ਪਿਆਰ ਕਰਦਾ ਤਾਂ ਬਣ ਜਾਣੀ ਗੱਲ, ਆਓ ਤੂੰ ਦੱਸ ਮੈਨੂੰ ਪਿਆਰ ਕਰਦਾ ਮੈਂ ਮਿਲਣ ਆ ਜਾਊਂਗਾ ਤੈਨੂੰ। ਸਹੀ ਗੱਲ, ਅਤੇ ਉਹਨਾਂ ਨਾਲ ਨਾ ਮੇਰੀਆਂ ਗੱਲਾਂ ਗੁੱਲਾਂ ਹੋ ਕੇ, ਅਤੇ ਪਿੱਛੇ ਮੈਨੂੰ ਰੌਲੀ ਜਿਹੀ ਪੈਂਦੀ ਦੀ ਆਵਾਜ਼ ਆਵੇ। ਅੱਛਾ, ਅਤੇ ਮੈਂ ਕਿਹਾ ਵੀ ਐਨ ਪਹਿਲਾਂ ਕਿਹਾ ਸਾਇਲੈਂਟ ਜਿਹਾ ਉਹਦੀ ਇਕੱਲੇ ਦੀ ਆਵਾਜ਼ ਆਉਂਦੀ ਸੀ, ਜਿਹਦਾ ਪਿੱਛੇ ਬਿੰਡਿਆ ਜਾਂ ਦੀ ਹੋਰ ਚਿੜੀਆਂ ਆਪ ਜਾਨਵਰਾਂ ਦੀ ਆਵਾਜ਼ ਨਹੀਂ ਹੁੰਦੀ ਰਾਤ ਨੂੰ ਇੱਦਾਂ ਆਵੇ, ਅਤੇ ਉਹ ਮੁੰਡੇ ਹਾਲਾ ਲਾਲਾ ਜਿਹੀ ਹੁੰਦੀ ਮੈਨੂੰ ਆਵਾਜ਼ ਹੈ, ਮੈਂ ਕਿਹਾ ਕੀ ਹੋਇਆ ਪਿੱਛੇ, ਕਹਿੰਦਾ ਬਾਈ ਮੈਨੂੰ ਲੱਗਦਾ ਮੇਰੇ ਵੀਰੇ ਹੁਣੀ ਆ ਗਿਆ ਲੱਗਦਾ ਹੈ ਨਾ, ਅਤੇ ਜਦ ਤੁਸੀਂ ਕੋਲ ਆ ਗਿਆ, ਮੈਂ ਕਿਹਾ ਯਾਰ ਮੈਂ ਕਿਹਾ ਇਹਨੂੰ ਫੋਨ ਦੇ, ਉਹਦੇ ਭਰਾ ਨੂੰ ਫੋਨ ਕਰਕੇ ਮੈਂ ਗੱਲ ਕਰਕੇ, ਮੈਂ ਕਿਹਾ ਯਾਰ ਵੀ ਬੰਦਾ ਵਾਕਿਆ ਅੱਜ ਇੱਦਾਂ ਮੈਨੂੰ ਦੱਸਦਾ ਵੀ ਇੰਨੇ ਟਾਈਮ ਤੋਂ, ਕਹਿੰਦਾ ਬਾਈ ਯਾਰ ਅਸੀਂ ਤੁਹਾਨੂੰ ਲੱਭਦੇ ਫਿਰਦੇ ਹਾਂ, ਅੱਛਾ ਤਾਂ ਘਰੇ ਵੀ ਸਾਨੂੰ ਪਤਾ ਨਹੀਂ ਲੱਗਾ ਕਿੱਥੇ ਚਲਾ ਗਿਆ, ਮੈਂ ਉਹਦੀ ਮਿਹਨਤ ਤਾਲਾ ਕੀਤੀ, ਮੈਂ ਕਿਹਾ ਭਰਾਵਾ ਮੈਂ ਮਿਹਨਤ ਵੀ ਆ ਜਾਊਂਗਾ ਇਹਨੂੰ ਚੱਕ ਕੇ ਹੁਣੇ ਘਰ ਨੂੰ ਲੈ ਕੇ ਜਾਓ। ਸਹੀ ਗੱਲ, ਕਈ ਵਾਰੀ ਇੱਦਾਂ ਦੇ ਕੱਟੜ ਫੈਨ ਵੀ ਹੁੰਦੇ ਤੁਹਾਡੇ, ਪਰ ਉਹ ਆਪਣੇ ਪਿਆਰ 'ਚ ਆ, ਉਹ ਆਪਣੀ ਮੁਹੱਬਤ 'ਚ ਆ, ਜਿਹਨੂੰ ਪਿਆਰ ਕਰਦੇ ਉਸ ਤਰੀਕੇ ਨਾਲ ਵੇਖਦੇ, ਉਹਨੂੰ ਕੋਈ ਮਤਲਬ ਨਹੀਂ ਮੇਰੇ 'ਤੇ ਕੀ ਹੋਊਗਾ ਜਾਂ ਕੀ। ਸਹੀ ਗੱਲ, ਪਰ ਮੈਨੂੰ ਐਂ ਲੱਗਣ ਲੱਗ ਪਿਆ ਵੀ ਯਾਰ ਕਿਤੇ ਪ੍ਰੋਬਲਮ ਹੋ ਗਈ, ਲਾਸਟ ਕਾਲ ਮੇਰੀ ਨਿਕਲੀ ਅਤੇ ਮੈਨੂੰ ਵੀ ਪ੍ਰੋਬਲਮ ਹੋਣੀ ਆ, ਪਰ ਅੱਜ ਵੀ ਯਾਦ ਆ ਮੈਨੂੰ, ਅੱਜ ਵੀ ਬੰਦਾ ਮਿਲਦਾ ਹੁੰਦਾ ਕਦੀ ਕਦੀ ਤੇ ਮੈਨੂੰ ਮਿਲਣ ਆ ਜਾਂਦੇ ਮੋਗੇ ਤੋਂ ਅੱਗੇ ਏਰੀਏ ਤੋਂ ਸੀ ਹਨਾ, ਤੇ ਬੜਾ ਪਿਆਰ ਹੈ ਉਹਦੇ ਨਾਲ ਹਨਾ, ਤੇ ਮੈਂ ਉਹਨੂੰ ਕਦੀ ਕਦੀ ਏਦਾਂ ਲੱਗਦਾ ਹੁੰਦਾ ਜਿਵੇਂ ਉਦੋਂ ਨਾ ਇੱਕ ਹੀ ਮੁਹੱਬਤ
ਉਹਦਾ ਕਾਰਨ ਹੀ ਭਾਜੀ ਇਹ ਵੀ ਇੱਕ ਮੁਹੱਬਤ, ਇੱਕ ਲਈ ਬੰਦਾ ਜਿਉਂਦਾ, ਇੱਕ ਲਈ ਸਭ ਕੁਛ ਕਰਦਾ, ਤੇ ਜਦੋਂ ਇੱਕ ਨਾਲ ਹੀ ਕਿਤੇ ਮਾੜਾ ਮੋਟਾ ਕੁਛ ਹੋ ਜਾਂਦਾ ਤੇ ਫਿਰ ਬੰਦਾ ਹਨਾ ਬਹੁਤ ਅਪਸੈਟ ਹੋ ਜਾਂਦਾ, ਫਿਰ ਦੁਖੀ ਹੋ ਜਾਂਦਾ, ਫਿਰ ਉਹਨੂੰ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਇੱਦਾਂ ਲੱਗਦੀਆਂ ਵੀ ਇਹ ਕੁਛ ਨਹੀਂ ਹੈਗਾ। ਜਦੋਂ ਪਿਆਰ ਖਤਮ ਹੋ ਗਿਆ ਵੀ ਪਿਆਰ 'ਚ ਕੋਈ ਤਰੇੜ ਆ ਗਈ, ਉੱਥੇ ਉਹਨੂੰ ਇਹ ਲੱਗਦਾ ਵੀ ਨਹੀਂ ਹੁਣ ਮੇਰੀ ਦੁਨੀਆਂ ਖਤਮ।